ਸਤਿ ਸ਼੍ਰੀ ਅਕਾਲ ਫਰੈਂਡਸ, ਮੈਂ ਸਰਬਜੀਤ ਕੌਰ, ਤੁਹਾਡਾ ਸਭ ਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਵਿਲੇਜ ਫੂਡ ਫੈਕਟਰੀ 'ਚ, ਜਿਸ ਵਿੱਚ ਅੱਜ ਮੈਂ ਤੁਹਾਨੂੰ ਸਿਖਾ ਰਹੀ ਹਾਂ ਸ਼ਾਹੀ ਟੁਕੜਾ। ਸ਼ਾਹੀ ਟੁਕੜੇ ਆਪਾਂ ਘਰ ਵਿੱਚ ਈਜ਼ੀ ਤੇ ਵਧੀਆ ਤਰੀਕਾ ਕਿਸ ਤਰ੍ਹਾਂ ਬਣਾਉਂਗੇ ਆਓ ਦੇਖੀਏ। ਸਾਰ ਤੋਂ ਪਹਿਲਾਂ ਆਪਾਂ ਫਰੈਸ਼ ਬ੍ਰੈਡ ਲਵਾਂਗੇ, ਸਲਾਈਸ ਲੈ ਲਾਂਗੇ। ਤੁਸੀਂ ਚਾਹੋ ਤੇ ਆਪਣੀ ਮਰਜ਼ੀ ਦੀ ਸ਼ੇਪ ਦੇ ਸਕਦੇ ਹੋ, ਲੇਕਿਨ ਮੈਂ ਹਾਰਡ ਸ਼ੇਪ ਦੇ ਰਹੀ ਹਾਂ। ਲੈ ਕੇ ਜਿਵੇਂ ਕੋਈ ਗੈਸਟ ਆਉਂਦਾ ਹੈ ਤੇ ਅਚਾਨਕ ਗੈਸਟ ਆ ਜਾਏ ਤੇ ਘਰ ਕੋਈ ਮਿਠਾਈ ਨਾ ਹੋਵੇ, ਲੋਕਡਾਊਨ ਦੇ ਜਿਵੇਂ ਟਾਈਮ ਚੱਲ ਰਿਹਾ ਨਾ, ਹਲੇ ਮਿਠਾਈਆਂ ਦੀਆਂ ਦੁਕਾਨਾਂ ਟਾਵੀ ਟਾਵੀ ਜੇ ਖੁੱਲ੍ਹੀ ਹੋਣਾ, ਅਸੀਂ ਯਕੀਨ ਨਹੀਂ ਕਰ ਸਕਦੇ ਕਿ ਫਰੈਸ਼ ਮਿਠਾਈ ਹੈ ਫਿਰ ਦੂਸਰੀ ਮਿਠਾਈ ਹੈ। ਅਤੇ ਜਿਵੇਂ ਅਚਾਨਕ ਹੀ ਕੋਈ ਘਰ 'ਤੇ ਆ ਜਾਏ ਅਤੇ ਉਸ ਟਾਈਮ ਤੁਸੀਂ ਇਹ ਜਿਹੜੀ ਇਹ ਵਾਲੀ ਮਿਠਾਈ ਬਣਾ ਕੇ ਦੇ ਸਕਦੇ ਹੋ ਹਾਰਟ ਸ਼ੇਪ ਦੀ। ਮੈਂ ਹਾਰਟ ਸ਼ੇਪ ਦੇ ਰਹੀ, ਮੇਰੇ ਕੋਲ ਕੁੱਕੀ ਕਟਰ ਹੈਗਾ, ਤੁਹਾਡੇ ਕੋਲ ਜਿਹੜਾ ਜਿਵੇਂ ਤੁਹਾਨੂੰ ਅੱਛਾ ਲੱਗੇ ਤੁਸੀਂ ਉਹ ਸ਼ੇਪ ਦੇ ਸਕਦੇ ਹੋ। ਅਤੇ ਜਿਹੜੇ ਸ਼ਾਹੀ ਟੁਕੜਾ ਇਹ ਸਾਰਿਆਂ ਨੂੰ ਹੀ ਬਹੁਤ ਪਸੰਦ ਹੁੰਦੇ ਆ, ਪਰ ਬਣਾਉਣ ਦਾ ਤਰੀਕਾ ਥੋੜ੍ਹਾ ਡਿਫਰੈਂਟ ਹੈ ਅਤੇ ਸਾਰਿਆਂ ਕੋਲ ਨਹੀਂ ਬਣ ਪਾਉਂਦਾ ਹੈਗਾ। ਸ਼ਾਹੀ ਟੁਕੜੇ ਜਿਵੇਂ ਬਣਾਉਂਦੇ ਨੇ ਲੋਕ ਅਤੇ ਉਹ ਕਈ ਵਾਰ ਸੋਫਟ ਵੀ ਰਹਿ ਜਾਂਦਾ। ਅਤੇ ਅੱਜ ਐਕੂਰੇਟ ਜਿਹੜਾ ਸ਼ਾਹੀ ਟੁਕੜਾ ਉਹ ਕਿਸ ਤਰ੍ਹਾਂ ਬਣਦਾ ਉਹ ਮੈਂ ਤੁਹਾਨੂੰ ਦੱਸਾਂਗੀ। ਸਾਰੇ ਜਿਹੜੇ ਬ੍ਰੈਡ ਨੇ ਮੈਂ ਇਹਨਾਂ ਨੂੰ ਹਾਰਟ ਸ਼ੇਪ ਦੇ ਲਾਂਗੀ ਅਤੇ ਫਿਰ ਉਸ ਤੋਂ ਅੱਗੇ ਦਾ ਪ੍ਰੋਸੈਸ ਆਪਾਂ ਸਟਾਰਟ ਕਰਾਂਗੇ। ਹੁਣ ਸਾਰੇ ਬ੍ਰੈਡ ਨੂੰ ਮੈਂ ਹਾਰਟ ਦੀ ਸ਼ੇਪ ਦੇ ਚੱਕੀ ਅਤੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ। ਤੁਸੀਂ ਇਹ ਸੋਚ ਰਹੇ ਹੋ ਕਿ ਆਹ ਜਿਹੜੀ ਬਾਕੀ ਦੀ ਬਚੀ ਬ੍ਰੈਡ ਹੈ ਇਹਦਾ ਕੀ ਕਰਾਂਗੇ, ਇਹਨੂੰ ਆਪਾਂ ਬ੍ਰੈਡ ਕਰਮ ਬਣਾ ਕੇ ਰੱਖ ਲਾਂਗੇ, ਉਹ ਕਿਵੇਂ ਬਣਾਵਾਂਗੇ ਉਹਦੀ ਵੀਡੀਓ ਮੈਂ ਬਹੁਤ ਜਲਦੀ ਅਪਲੋਡ ਕਰਾਂਗੀ। ਤੇਲ ਨਾ ਬਹੁਤ ਜ਼ਿਆਦਾ ਇਸ ਟਾਈਮ ਗਰਮ ਹੈ ਅਤੇ ਮੈਂ ਤੁਹਾਨੂੰ ਬ੍ਰੈਡ ਪਾ ਕੇ ਦਿਖਾ ਰਹੀ ਹਾਂ, ਜਸਟ ਮੈਂ ਤਲ ਕੇ ਦਿਖਾ ਰਹੀ ਹਾਂ ਕਿ ਜਿਹੜਾ ਤੇਲ ਇੰਨਾ ਤੇਜ਼ ਗਰਮ ਨਹੀਂ ਹੋਣਾ ਚਾਹੀਦਾ। ਆਪਾਂ ਜਿਹੜਾ ਇਹਨੂੰ ਬ੍ਰੈਡ ਨੂੰ ਸਲੋ ਫਲੇਮ 'ਤੇ ਤਲਾਂਗੇ, ਕਿਉਂਕਿ ਬ੍ਰੈਡ ਉੱਤੋਂ ਹੀ ਬਹੁਤ ਜਲਦੀ ਪੱਕ ਜਾਂਦਾ ਅਤੇ ਨੀਚੋਂ ਵੀ ਬਹੁਤ ਜਲਦੀ ਪੱਕ ਜਾਂਦਾ। ਜੋ ਸੈਂਟਰ ਵਿੱਚ ਪੱਕੇਗਾ ਤਾਂ ਹੀ ਗੱਲ ਬਣੇਗੀ, ਜੇ ਸੈਂਟਰ ਵਿੱਚੋਂ ਕੱਚਾ ਰਿਹਾ ਨਾ ਅਤੇ ਜੋ ਤੁਸੀਂ ਚਾਸ਼ਣੀ ਵਿੱਚ ਪਾਓਗੇ ਨਾ ਉਹਨੂੰ ਤਾਂ ਉਹ ਹਲਵਾ ਬਣ ਜਾਏਗਾ। ਕੁਛ ਲੋਕ ਕੀ ਕਰਦੇ ਨੇ ਕਿ ਚਾਸ਼ਣੀ ਵਿੱਚ ਨਾ ਪਾ ਕੇ ਉਸ 'ਤੇ ਸਿਰਫ ਰਬੜੀ ਲਗਾ ਦਿੰਦੇ ਨੇ। ਅਤੇ ਹੁਣ ਮੈਂ ਇਹਨੂੰ ਹਾਈ ਫਲੇਮ 'ਤੇ ਕਰਕੇ ਇੱਕ ਵਾਰੀ ਠੰਡਾ ਕਰਨ ਵਾਸਤੇ ਗੈਸ ਬੰਦ ਕੀਤਾ ਹੋਇਆ ਅਤੇ ਮੈਂ ਸਿਰਫ ਤੁਹਾਨੂੰ ਦਿਖਾਉਣ ਵਾਸਤੇ ਬ੍ਰੈਡ ਤਲ ਰਹੀ ਹਾਂ, ਕਿਉਂਕਿ ਜਿਹੜੀ ਆ ਬ੍ਰੈਡ ਨਾ ਤਲੀ 'ਤੇ ਜਾਣ ਦੀ ਦੇਖੋ ਤੁਹਾਡੇ ਸਾਹਮਣੇ ਬਰਾਊਨ ਵੀ ਹੋ ਰਹੀ ਹੈ, ਹਲਕੀ ਹਲਕੀ ਬਰਾਊਨ ਹੋ ਰਹੀ ਹੈ ਨਾ ਇੱਥੋਂ। ਅਤੇ ਆ ਬ੍ਰੈਡ ਬਿਲਕੁਲ ਜਦ ਮੈਂ ਚਾਸ਼ਣੀ ਵਿੱਚ ਪਾਵਾਂਗੀ ਨਾ ਅਤੇ ਇਹਦਾ ਬਾਅਦ ਵਿੱਚ ਹਲਵਾ ਹੀ ਬਣਨ ਵਾਲਾ, ਇਹ ਐਵੇਂ ਲਟਕੀ ਹੋਏਗੀ ਜਿਵੇਂ ਆਪਾਂ ਚਾਹ ਵਿੱਚ ਡਿਪ ਕਰਦੇ ਹਾਂ, ਉਸ ਤੋਂ ਬਾਅਦ ਬ੍ਰੈਡ ਲਟਕ ਜਾਂਦੀ ਹੈ ਨਾ, ਇਸੇ ਤਰ੍ਹਾਂ ਇਹ ਬ੍ਰੈਡ ਜਿਹੜੀ ਲਟਕ ਜਾਏਗੀ। ਠੀਕ ਹੈ, ਅਤੇ ਫਿਰ ਇੰਨੀ ਮਿਹਨਤ ਕੀਤੀ ਦਾ ਕੋਈ ਫਾਇਦਾ ਨਹੀਂ, ਇੰਨੀ ਮਿਹਨਤ ਤਾਂ ਹੀ ਕਰਨ ਦਾ ਫਾਇਦਾ ਹੈ ਜੋ ਆਪਾਂ ਇਹਨੂੰ ਸਲੋ ਫਲੇਮ ਵਿੱਚ ਤਲਦੇ ਹਾਂ। ਇਹ ਦੇਖੋ ਹੁਣ ਜਿਵੇਂ ਜਿਵੇਂ ਤੇਲ ਥੋੜ੍ਹਾ ਠੰਡਾ ਹੋ ਰਿਹਾ ਨਾ ਅਤੇ ਇਹ ਜਿਹੜਾ ਤੇਲ ਹੈ ਅੰਦਰ ਉਹਦੀ ਪਕਾਉਣਾ ਸ਼ੁਰੂ ਕਰ ਰਿਹਾ ਇਹਨੂੰ, ਅਤੇ ਇਸੇ ਹਿਸਾਬ ਨਾਲ ਆਪਾਂ ਜਿਹੜੀ ਬ੍ਰੈਡ ਤਲਾਂਗੇ। ਹੁਣ ਜਿਹੜਾ ਸੇਕ ਹੈ ਬਿਲਕੁਲ ਸਲੋ ਫਲੇਮ ਹੈ ਅਤੇ ਮੈਂ ਛੋਟੇ ਗੈਸ 'ਤੇ ਕਰ ਰਹੀ ਹਾਂ ਇਹਨੂੰ। ਅਤੇ ਆਪਾਂ ਬ੍ਰੈਡ ਵਿੱਚ ਪਾਣੀ ਸ਼ੁਰੂ ਕਰਾਂਗੇ, ਕਿਉਂਕਿ ਬ੍ਰੈਡ 'ਤੇ ਜਦੋਂ ਆਪਾਂ ਸ਼ਾਹੀ ਟੁਕੜਾ ਬਣਾਉਂਦੇ ਨਾ ਉਦੋਂ ਕਾਫੀ ਟਾਈਮ ਲਗਾ ਕੇ ਹੀ ਆਪਾਂ ਨੂੰ ਜਿਹੜਾ ਫਰਾਈ ਕਰਨਾ ਪਏਗਾ ਇਹਨੂੰ ਬ੍ਰੈਡ ਨੂੰ। ਅਤੇ ਜੇ ਆਪਾਂ ਜਲਦੀ ਜਲਦੀ ਫਰਾਈ ਕਰਾਂਗੇ ਉਹ ਸਾਈਡਾਂ ਤੋਂ ਤੇ ਸੜ ਜਾਏਗਾ ਅਤੇ ਜਿਹੜਾ ਅੰਦਰੋਂ ਜਿਹੜਾ ਕੱਚਾ ਰਹਿ ਜਾਏਗਾ, ਇਸ ਕਰਕੇ ਜਿਹੜਾ ਇਹਨੂੰ ਤੁਸੀਂ ਚੰਗੀ ਤਰ੍ਹਾਂ ਪਕਾਉਣਾ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਅਤੇ ਲਾਈਕ ਜ਼ਰੂਰ ਕਰ ਦਿਆ ਕਰੋ। ਠੀਕ ਹੈ, ਇਹਨੂੰ ਸਲੋ ਫਲੇਮ 'ਤੇ ਹੋਣ ਦੇਵਾਂਗੇ ਅਤੇ ਆਪਣੇ ਆਪ ਹੀ ਇਹਨੂੰ ਪੱਕਣ ਦੇਵਾਂਗੇ। ਸਿਰਫ ਮੈਂ ਇੱਕ ਵਾਰੀ ਪਲਟਿਆ ਇਹਨੂੰ ਅਤੇ ਹੁਣ ਆਪਣੇ ਆਪ ਹੀ ਹੌਲੀ ਹੌਲੀ ਪੱਕ ਜਾਣਗੇ, ਲਾਲ ਹੋ ਜਾਣਗੇ, ਫਿਰ ਉਸ ਤੋਂ ਬਾਅਦ ਆਪਾਂ ਸਾਈਡ ਬਦਲਾਂਗੇ। ਅਤੇ ਆਪਾਂ ਇਹਨਾਂ ਨੂੰ ਜਲ ਛੇੜਾ ਛੜੀ ਨਹੀਂ ਕਰਾਂਗੇ, ਕਿਉਂਕਿ ਵਿੱਚ ਇਹਦਾ ਪਾਰਟ ਲਿਆ ਹੋਇਆ ਹੈ। ਜੇ ਆਪਾਂ ਬਰਾਊਨ ਵਾਲਾ ਪਾਰਟ ਨਾਲ ਲਿਆ ਹੁੰਦਾ ਤਾਂ ਉਸ ਸਾਈਡਾਂ ਤੋਂ ਥੋੜ੍ਹਾ ਆਪਾਂ ਡਿਸਪਲੇਅ ਰੱਖ ਸਕਦੇ, ਲੇਕਿਨ ਹੁਣ ਮੈਂ ਵਿੱਚਦਾਰ ਪਾਰਟ ਲੈ ਰਹੀ ਹਾਂ ਅਤੇ ਇਸ ਕਰਕੇ ਬਿਲਕੁਲ ਸਲੋ ਫਲੇਮ 'ਤੇ ਇਹ ਫਰਾਈ ਹੋਏਗਾ। ਹਲਕੇ ਹਲਕੇ ਜਿਹੜੇ ਗੋਲਡਨ ਹੋਣੇ ਸ਼ੁਰੂ ਹੋ ਗਏ ਨੇ ਅਤੇ ਮੈਂ ਇਹਦਾ ਪਾਸਾ ਬਲਟ ਰਹੀ ਹਾਂ, ਦੇਖ ਸਕਦੇ ਕਿੰਨਾ ਸੋਹਣਾ ਗੋਲਡਨ ਹੋ ਗਿਆ, ਗੋਲਡਨ ਫਰਾਈ ਹੋ ਗਿਆ ਬਿਲਕੁਲ ਸਲੋ ਫਲੇਮ 'ਤੇ। ਅਤੇ ਤੁਸੀਂ ਵੀ ਜਿਹੜੇ ਸਲੋ ਫਲੇਮ 'ਤੇ ਕਰਨਾ ਲੋਕ ਸਲੋ ਫਲੇਮ 'ਤੇ ਹੁੰਦੇ ਨੇ, ਇੰਨਾ ਚਿਰ ਮੈਂ ਤੁਹਾਨੂੰ ਚਾਸ਼ਨੀ ਵਿਖਾ ਦਿੰਦੀ ਹਾਂ। ਚਾਸ਼ਨੀ ਮੈਂ ਇੱਕ ਤਾਰ ਦੀ ਬਣਾ ਕੇ ਤਿਆਰ ਕਰ ਲਈ ਹੈ ਅਤੇ ਆਹ ਚਾਸ਼ਨੀਆਂ ਠੰਡੀ ਹੋਣੀ ਚਾਹੀਦੀ ਹੈ, ਕਿਉਂਕਿ ਇਹਦੇ ਵਿੱਚ ਜਿਹੜਾ ਚਾਸ਼ਨੀ ਦਾ ਵੀ ਰੋਲ ਰਹਿੰਦਾ ਅਤੇ ਚਾਸ਼ਨੀ ਜਿਹੜੀ ਤੁਹਾਡੀ ਬੇਕਾਰ ਬਣੀ ਹੋਏਗੀ ਜਾਂ ਇੱਕ ਦੋ ਤਾਰ ਦੀ ਹੋਏਗੀ ਅਤੇ ਉਹ ਜ਼ਿਆਦਾ ਹੋ ਜਾਂਦੀ। ਇੱਕ ਤਾਰ ਦੀ ਹੀ ਚਾਸ਼ਨੀ ਲੈਣੀ ਹੈ ਜਿਹਦੇ ਵਿੱਚ ਵਧੀਆ ਤਰ੍ਹਾਂ ਇਹ ਡਿਪ ਹੋ ਸਕੇ। ਚਾਸ਼ਨੀ ਜਿਹੜੀ ਕੱਚੀ ਨਹੀਂ ਹੋਣੀ ਚਾਹੀਦੀ ਹੈ,
चाशनी भी ताड़ी पक्की होनी चाहिए ता ही जी ताड़ी ब्रेड सही रहेगी। हम इधर आप आ जाने देखो साइज जो बिल्कुल पतला हो गया है, यह मतलब ये जो अच्छी तरह फ्राई हो रहा है। साइज तो पता लग रहा है कि ये वधिया तरह फ्राई हो रहा है। जिवें हुण आपां इहनूं चाशनी विच पावांगे ना बिल्कुल सॉफ्ट नहीं होणगे, ये बिल्कुल टाइट रहणगे क्रंची। हुण देख सकते हो कि सारे वधिया तरह गोल्डन फ्राई हो चुके ने। तो हुण इहनूं मैं कट रही हाँ। एक्स्ट्रा ऑयल अपने आप ही निकल जाएगा, ये ऑयल नहीं रहेगा। इन्हों नैपकिन के ऊपर तेरी कट लूंगी मैं। हम बाकी बचे हुए ब्रेड भी आप ऐ कर लाँगे। देख सकते हो कि आज का मैं इन्हों का साइज की है, इन्नी मोटी ब्रेड है। तो जो सिक्की है तो फिर इन्ना साइज हो गया। हम देख सकते हो कि ये एक्स्ट्रा जो ऑयल है सारा रिलीज हो चुके हैं। तो मैं इतना कर रही हूँ चुपके दिखाने, थले ऑयल नहीं है बिल्कुल। देखो हम बाकी दे भी हो ही चुके ने। तो इन्हों एक एक करके कट रही हूँ। जड़े जड़े हले रेंदे ने उन्होंने मैं बिच रहा दाँगी, तो क्योंकि एक दो मैं बाद पाए से ब्रेड जड़े दोवे ने हो चुके ने। मेन एक चीज़ याद रखना कि जो भी तुसी इन्हों ब्रेड नू फ्राई करना ना ये वास्ते शाही टुकड़े वास्ते जोड़ा साइज है ना यदा ब्रेड का ए वाला साइज डिक्रीज हो जाना चाहिए ता ही जोड़ा तुहाडा ब्रेड है वधिया तरह पक्का होगा, नहीं तो विचो कच्चा होगा। उठ चुकी है हाँ जी। तेल कड़े तो बाद ही आप पाने चीची खाके खा देंगी है लद्दो बेपो खा लूंगा। अच्छा गुड बच्चा है मेरा बहुत ज्यादा। देखो हूँ एवं करके मैं सारे चाशनी च पा के एक एक बारी कट लाँगी। देख सकते हो बिल्कुल क्रंची है। जे सॉफ्ट होंगे तो ये एक पासे नूं लटक जाना है। देखो 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 एवं करके चाशनी नूं आप ये पावांगे शाही टुकड़े ते। देख सकते बिल्कुल क्रंची है, बिल्कुल भी सॉफ्ट नहीं होया हैगा, अच्छी तरह पक्या होया है। हलवाई केड़ा यूज हो रहा है जैसे परविंदर सिंह हलवाई परविंदर सिंह यूज हो रहा है क्योंकि एक अम्मा मतलब चुप के खड़ी हुई है। अच्छा कई कहते कि कोई होर बंदे ने बनाई है मूर्ति है, कई कह रहे थे ना मैसेज जा रहे थे। हाँ कोई गल नहीं अपा अच्छा प्रॉपर तरीका दसना है कुछ भी कई जन क्योंकि व्यूवर ने साडे सानू सुनना भी पेगा उन्हां दी गल।
क्योंकि एक दूसरे की हेल्प तो बिना जी वीडियो कंप्लीट नहीं हो सकती है। हम देखो इस ट्रे में मैं कढ़ी प्लेट च कढ़ी हुई सी, इन्होंने सारों मैं इधर रख लाँगी। देख सकते हो काफ़ी क्रंची अजे भी चाशनी में डिप होने तो बाद भी। हम आप शाही टुकड़ा तो फिर शाही टुकड़े के हिसाब से इसकी गार्निश भी होनी चाहिए है, तो हम आप गार्निश करांगे। हम मैं रबड़ी तैयार की हुई सी, काली रबड़ी तैयार की हुई सी, तो रबड़ी के नाप जावे एक एक फट के मैं तेल पकड़ूंगा। थोड़े थोड़े मैं पिस्ता के बदम पा दाँगी उत्ते शाही टुकड़ा, शाही टुकड़े की जी गार्निश है शाही होनी चाहिए है, तो पिस्ता के बदम पा रही हूँ मैं। चाहो तो तुम रबड़ी में मिक्स करके पा सकते हो। दो पीस मैं बच्चे प्लेन इस करके रहन दिते क्योंकि रबड़ी वाला जोड़ा एक हमको खाता नहीं जाएगा। हम मेरे शाही टुकड़ा बन के बिल्कुल तैयार है, तो तुम भी अपने घर ट्राई करो, तो बच्चे बना के खवाओ, तो नाले जो गैसट आने उन्होंने वास्ते भी बनाओ, तो नाले उन्होंने खवाओ। पापा जी तो सोई लो कह रहे बोबो नु भी खवाओ, बोबो भी खाएगा, ले बोबो भी खा लिया, चलिए भुगा ले ले बोबो तो भुगा ले ले। एक पीस तो भी खा
ਆਪਣੇ ਘਰ ਵਿੱਚ।